ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਸਾਰਿਆਂ ਦਾ? ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਮੇਰਾ ਨਾਮ ਹੈ ਰਵੀ ਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਜੀ। ਤੇ ਬਹੁਤ ਸਾਰੀਆਂ ਗੱਡੀਆਂ ਲੈ ਕੇ ਹਾਜ਼ਰ ਹਾਂ ਜੀ। ਅਲਟੋ ਗੱਡੀਆਂ ਇਕੱਲੀਆਂ ਅੱਜ ਵੀਡੀਓ ਦੇ ਵਿੱਚ ਇਕੱਲੀਆਂ ਅਲਟੋ ਗੱਡੀਆਂ ਜੀ। ਤੇ ਸਾਰੀ ਗੱਡੀ ਵਿਕਾਊ ਹੈ ਜੀ। ਕੋਈ ਵੀ ਗੱਡੀ ਕਿਸੇ ਬਿਨ ਲੈਣੀ ਹੋਵੇ ਤਾਂ ਖਰੀਦ ਸਕਦੇ ਹੋ ਜੀ। ਇਹਨਾਂ ਦੀ ਜਾਣਕਾਰੀ ਸਾਰੀ ਹੈ ਜਿਹੜੀ ਸਕਰੀਨ ਦੇ ਉੱਤੇ ਦਿੱਤੀ ਹੋਈ ਹੈ ਜੀ। ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਅਲਟੋ K10 BXi ਜੀ, 2017 ਮਾਡਲ ਹੈ, ਬਿਲਕੁਲ ਨਵੀਂ ਗੱਡੀ ਪਈ ਹੈ ਜੀ। 3,25,000 ਡਿਮਾਂਡ ਹੈ। ਅਤੇ ਲੁਧਿਆਣਾ ਇਹਨਾਂ ਦਾ ਏਰੀਆ, 90% ਟਾਇਰਾਂ ਦੀ ਕੰਡੀਸ਼ਨ ਪਈ ਹੈ। ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਸਾਫ਼ ਪਈ ਹੈ ਜੀ, ਵਧੀਆ ਨਵੇਂ ਵਰਗੇ ਪਏ ਟਾਇਰ। ਅਤੇ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 98-155-60-399। ਇਹਨਾਂ ਦਾ ਨੰਬਰ ਹੈ, ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ। ਅਤੇ ਗੱਡੀ ਪੂਰੀ ਸਾਫ਼ ਪਈ ਹੈ। ਅੰਦਰੋਂ ਗੱਲ ਕਰੀਏ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਹੈ ਜੀ। ਮਿਊਜ਼ਿਕ ਸਿਸਟਮ, ਹੀਟਰ, AC ਸਾਰਾ ਕੁਝ ਚਾਲੂ ਹਾਲਤ 'ਚ ਹੈ ਜੀ, ਵਧੀਆ। ਅਤੇ ਇੰਜਨ ਦੀ, ਸਾਰੀ ਗੱਡੀ ਦੀ ਫੁੱਲ ਗਾਰੰਟੀ ਹੈ, ਕਾਗਜ਼ ਪੱਤਰ ਪੂਰੇ ਓਕੇ ਹੈ ਜੀ। ਅਤੇ ਇੰਜਨ ਦੀਆਂ ਫੋਟੋ ਦੇਖ ਰਹੇ ਹੋ ਤੁਸੀਂ, ਬਿਲਕੁਲ ਨਵਾਂ ਪਿਆ ਜੀ। ਅਤੇ ਗੱਡੀ 2017 ਮਾਡਲ ਹੈ, ਬਹੁਤ ਸਾਫ਼ ਗੱਡੀ ਪਈ ਹੈ ਜੀ। ਕਿਸੇ ਪਾਸੇ ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ ਜੀ। ਅਤੇ ਕਿਸੇ ਵੀਰ ਨੇ ਆਪਣੇ ਚੈਨਲ 'ਤੇ ਐਡ ਕਰਾਉਣੀ ਹੈ ਜੀ ਬਿਲਕੁਲ ਫ੍ਰੀ ਦੇ ਵਿੱਚ ਕਿਸੇ ਵੀ ਮਸ਼ੀਨਰੀ ਦੀ, ਤਾਂ ਮੇਰਾ ਵਟਸਐਪ ਨੰਬਰ ਥੱਲੇ ਚਿੱਟੇ ਜਿਹੇ ਅੱਖਰਾਂ 'ਚ ਚੱਲ ਰਿਹਾ ਹੈ। ਨੰਬਰ ਹੈ ਜੀ ਮੇਰਾ 7696-63-488। ਆਹ ਨੰਬਰ 'ਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ ਜੀ, ਸਾਫ਼ ਸੁਥਰੀਆਂ ਖਿੱਚ ਕੇ ਚਾਰੇ ਪਾਸੇ ਮਸ਼ੀਨਰੀ ਦਿਓ। ਅਤੇ ਜਿਹੜੀ ਜਾਣਕਾਰੀ ਲਿਖੀ ਆ ਰਹੀ ਹੈ ਸਕਰੀਨ ਦੇ ਉੱਤੇ, ਆਹ ਜਾਣਕਾਰੀ ਤੁਹਾਡੀ ਮਸ਼ੀਨਰੀ ਦੀ ਲਿਖ ਕੇ ਸੈਂਡ ਕਰ ਦਿਓ ਸਹੀ ਸਹੀ। ਅਤੇ ਰੇਟ ਹੈ ਜਿਹੜਾ ਉਹ ਮਾਰਕੀਟ ਦੇ ਹਿਸਾਬ ਨਾਲ ਲਾਉਣਾ ਜੀ, ਰੇਟ ਵਧਾ ਚੜਾ ਕੇ ਨਹੀਂ ਦੱਸਣਾ। ਰੇਟ ਜ਼ਿਆਦਾ ਹੁੰਦਾ ਤਾਂ ਕਈ ਵਾਰੀ ਮਸ਼ੀਨਰੀ ਨਹੀਂ ਵਿਕਦੀ ਜੀ, ਅਤੇ ਤੁਹਾਨੂੰ ਹੀ ਨੁਕਸਾਨ ਹੁੰਦਾ ਜੀ। ਅਤੇ ਇੱਦਾਂ ਨਾ ਕਰਿਆ ਕਰੋ, ਰੇਟ ਜਿਹੜਾ ਸਹੀ ਲਾਇਆ ਕਰੋ। ਅਤੇ ਰੇਟ ਸਹੀ ਹੋਣ ਕਰਕੇ ਤੁਹਾਡੀ ਮਸ਼ੀਨਰੀ ਉਹ ਤੁਰਤ ਪੈਰ ਵਿਕ ਜੂਗੀ, ਅਤੇ ਤੁਹਾਡਾ ਟਾਈਮ ਵੀ ਨਹੀਂ ਖਰਾਬ ਹੋਣਾ। ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਅਲਟੋ K10 BXi ਜੀ, 2015 ਮਾਡਲ ਹੈ, 2,70,000 ਡਿਮਾਂਡ ਹੈ। ਕਪੂਰਥਲਾ ਇਹਨਾਂ ਦਾ ਏਰੀਆ ਜੀ, ਨਵੇਂ ਟਾਇਰ ਨੇ। ਨੰਬਰ ਹੈ ਜੀ ਇਹਨਾਂ ਦਾ ਪੂਰਾ 798-046-19, ਇਹਨਾਂ ਦਾ ਨੰਬਰ ਹੈ। ਲਾਏ ਪਾਏ ਹੋਏ ਆ, ਗੱਡੀ ਬਹੁਤ ਸੋਹਣੀ ਹੈ ਜੀ, ਕੋਈ ਐਕਸੀਡੈਂਟ ਨਹੀਂ, ਕੋਈ ਡੈਂਟ ਨਹੀਂ, ਅਤੇ ਕੋਈ ਸਕ੍ਰੈਚ ਵਗੈਰਾ ਹੈ ਨਹੀਂ, ਪੂਰੀ ਜੈਨੂਅਨ ਗੱਡੀ ਪਈ ਹੈ ਜੀ। ਅਤੇ ਅੰਦਰੋਂ ਗੱਲ ਕਰੀਏ, ਹੀਟ ਕਵਰ, ਮੈਟ, ਸਾਰਾ ਕੁਛ ਓਕੇ ਜੀ। ਮਿਊਜ਼ਿਕ ਸਿਸਟਮ ਪੂਰਾ ਵਧੀਆ, ਅਤੇ AC ਹੀਟਰ ਚਾਲੂ ਹਾਲਤ 'ਚ ਜੀ। ਅਤੇ ਇੰਜਨ ਦੀ, ਗੱਡੀ ਦੀ ਅਤੇ ਕਾਗਜ਼ ਪੱਤਰਾਂ ਦੀ ਫੁੱਲ ਗਾਰੰਟੀ ਹੈ ਜੀ। ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਖਰੀਦ ਸਕਦੇ ਹੋ। ਵਿਕਾਊ ਹੈ ਜੀ 2015 ਮਾਡਲ, 2,70,000 ਡਿਮਾਂਡ। ਕਪੂਰਥਲਾ ਇਹਨਾਂ ਦੇ ਏਰੀਆ, ਨਵੇਂ ਟਾਇਰ ਨੇ ਜੀ। ਅਤੇ ਅੱਜ ਆਪਾਂ ਇਕੱਲੀਆਂ ਅਲਟੋ ਗੱਡੀਆਂ ਲੈ ਕੇ ਆਏ ਜੀ। ਅਲਟੋ ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਅਲਟੋ K10 BXi, 2,45 ਰੇਟ ਹੈ ਜੀ ਇਹਦਾ। ਅਤੇ ਪਟਰਾ ਇਹਨਾਂ ਦਾ ਏਰੀਆ, ਨਵੇਂ ਟਾਇਰ ਨੇ। ਅਤੇ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 62,834-88-900, ਨੰਬਰ ਹੈ ਜੀ ਇਹਨਾਂ ਦਾ। ਅਤੇ ਬਹੁਤ ਸਾਫ਼ ਗੱਡੀ ਪਈ ਆ ਵੀ, ਬਿਲਕੁਲ ਨਵੇਂ ਟਾਇਰ ਨੇ, ਦੇਖ ਰਹੇ ਹੋ ਤੁਸੀਂ K10 BXi ਮਾਡਲ ਹੈ ਜੀ। 2,45,000 ਡਿਮਾਂਡ ਰੱਖੀ ਵੀਰ ਨੇ। ਕਿਸੇ ਵੀਰ ਨੇ ਆਹ ਗੱਡੀ ਖਰੀਦਣੀ ਹੈ ਤਾਂ ਖਰੀਦ ਸਕਦੇ ਹੋ ਜੀ। ਅਤੇ ਮਾਡਲ ਵੀਰ ਨੇ ਨਹੀਂ ਦੱਸਿਆ ਤਾਂ ਇਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ। ਇੰਜਨ ਦੀ, ਸਾਰੀ ਚੀਜ਼ ਦੀ ਫੁੱਲ ਗਾਰੰਟੀ ਹੈ ਜਿਹੜੀ ਵੀਰ ਦੀ ਗੱਡੀ ਹੈ ਉਹਨਾਂ ਵੱਲੋਂ। ਅਤੇ ਅੰਦਰੋਂ ਵੀ ਪੂਰੀ ਸਾਫ਼ ਪਈ ਹੈ ਜੀ। ਅਤੇ ਜਿਹੜੇ ਵੀਰ ਵੀਡੀਓ ਨੂੰ ਨਵੇਂ ਦੇਖ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ।
ਥੱਲੇ ਇੱਕ ਲਾਲਚ ਰੰਗ ਦਾ ਬਟਨ ਹੋਊਗਾ ਜੀ, ਉਹਨੂੰ ਦੱਬ ਦਿਓ, ਨਾਲ ਇੱਕ ਘੰਟੀ ਦਾ ਬਟਨ ਉਹਨੂੰ ਦਬਾ ਦਿਓ। ਇਹਨਾਂ ਦਾ ਫਾਇਦਾ ਇਹ ਹੋਊਗਾ ਜੀ, ਜਦੋਂ ਕੋਈ ਮੈਂ ਨਵੀਂ ਵੀਡੀਓ ਪਾਊਂਗਾ ਤਾਂ ਉਹਦਾ ਜਿਹੜਾ ਮੈਸੇਜ ਹੈ ਵੀਡੀਓ ਦਾ, ਉਹ ਤੁਰਤ ਫਿਰ ਤੁਹਾਡੇ ਮੋਬਾਈਲ 'ਤੇ ਚਲਾ ਜਾਊਗਾ ਜੀ, ਅਤੇ ਤੁਸੀਂ ਤੁਰਤ ਫਿਰ ਵੀਡੀਓ ਨੂੰ ਦੇਖ ਸਕੋਗੇ। ਵੀਡੀਓ ਨੂੰ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ, ਥੱਲੇ ਇੱਕ ਤੀਰ ਜਿਹੇ ਦਾ ਨਿਸ਼ਾਨ ਹੋਊਗਾ ਉਹਨੂੰ ਦੱਬ ਕੇ ਵਟਸਐਪ 'ਤੇ, ਫੇਸਬੁੱਕ 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਵੀਡੀਓ, ਅਤੇ ਇੰਨੇ ਨਾਲ ਹੋਰ ਕਿਸਾਨ ਵੀਰ ਦਾ ਵੀ ਫਾਇਦਾ ਹੋ ਜਾਂਦਾ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ, ਅਲਟੋ 2008 ਮਾਡਲ ਹੈ, ਰੇਟ ਵੀਰ ਨੇ ਦੱਸਿਆ ਨਹੀਂ, ਫਗਵਾੜਾ ਇਹਨਾਂ ਦਾ ਏਰੀਆ ਜੀ, 65% ਟਾਇਰਾਂ ਦੀ ਕੰਡੀਸ਼ਨ ਪਈ ਹੈ। ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 73473 3273। ਗੱਡੀ ਤੁਸੀਂ ਖਰੀਦ ਸਕਦੇ ਹੋ ਜੀ, ਗੱਡੀ ਵਿਕਾਊ ਹੈ, ਅਲਟੋ ਗੱਡੀ ਹੈ 2008 ਮਾਡਲ ਹੈ, ਫਗਵਾੜਾ ਇਹਨਾਂ ਦੇ ਏਰੀਆ, 65% ਟਾਇਰਾਂ ਦੀ ਕੰਡੀਸ਼ਨ ਜੀ 73473 ਇਹ 72173 ਇਹਨਾਂ ਦਾ ਨੰਬਰ ਹੈ ਜੀ। ਗੱਡੀ ਆ ਵੀ ਪੂਰੀ ਸਾਫ ਪਈ ਹੈ ਜੀ, ਕਿਸੇ ਵੀਰ ਨੇ ਖਰੀਦਣੀ ਹੈ ਖਰੀਦ ਸਕਦੇ ਹੋ ਜੀ, ਅਤੇ ਇੰਜਨ ਦੀ ਸਾਰੀ ਚੀਜ਼ ਦੀ ਫੁੱਲ ਗਰੰਟੀ ਹੈ ਵੀਰ ਵੱਲੋਂ, ਫਗਵਾੜਾ ਇਹਨਾਂ ਦਾ ਏਰੀਆ, ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਜੀ, ਅਤੇ ਟਰਾਈ ਲੈ ਕੇ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਗੱਡੀ ਪਸੰਦ ਆਵੇ ਤਾਂ ਖਰੀਦ ਸਕਦੇ ਹੋ ਜੀ, ਬਾਕੀ ਰੇਟ ਇਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੁਸੀਂ, ਅਤੇ ਜਾਂ ਗੱਡੀ ਨੂੰ ਦੇਖ ਕੇ ਰੇਟ ਪਤਾ ਕਰਕੇ ਰੇਟ ਪਸੰਦ ਆਵੇ ਤਾਂ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ, ਅਤੇ ਆਪਦੀ ਗੱਡੀ ਤੁਸੀਂ ਬਣਾ ਸਕਦੇ ਹੋ ਜੀ। ਸਾਰੀਆਂ ਗੱਡੀਆਂ ਪੂਰੀ ਵਧੀਆ ਕੰਡੀਸ਼ਨ ਦੀਆਂ ਜੀ, ਅਤੇ ਸਾਰੀਆਂ ਗੱਡੀਆਂ ਪੂਰੀ ਵਧੀਆ ਪਈਆਂ, ਕਿਸੇ ਵੀ ਗੱਡੀ 'ਚ ਕੋਈ ਦਿੱਕਤ ਹੈ ਨਹੀਂ, ਕੋਈ ਪ੍ਰੋਬਲਮ ਨਹੀਂ ਜੀ, ਅਤੇ ਪੂਰੀ ਜੈਨੂਅਨ ਗੱਡੀ ਪਈ ਹੈ, ਸਾਰੀਆਂ ਪੂਰੀ ਵਧੀਆ ਗੱਡੀ ਹੈ ਜੀ, ਅਤੇ ਕਿਸੇ ਵੀ ਦੀ ਖਰੀਦ ਸਕਦੇ ਜੀ। ਅਲਟੋ ਐਲੈਕਸ ਦੇਖ ਰਹੇ ਹੋ ਤੁਸੀਂ, 2005 ਮਾਡਲ ਜੀ, ਸੈਕਿੰਡ ਓਨਰ ਹੈ ਜੀ, ਅਤੇ 1,25,000 ਡਿਮਾਂਡ ਹੈ, ਹੁਸ਼ਿਆਰਪੁਰ ਇਹਨਾਂ ਦਾ ਏਰੀਆ, 70% ਟਾਇਰਾਂ ਦੀ ਕੰਡੀਸ਼ਨ ਪਈ ਹੈ। ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 8976396282, ਗੱਡੀ ਦੇ ਮਾਲਕ ਵੀਰ ਦਾ ਨੰਬਰ, 70% ਟਾਇਰਾਂ ਦੀ ਕੰਡੀਸ਼ਨ ਹੈ ਜੀ, ਹੁਸ਼ਿਆਰਪੁਰ ਇਹਨਾਂ ਦਾ ਏਰੀਆ, 1,25,000 ਡਿਮਾਂਡ ਹੈ। ਅਤੇ ਜਿੰਨੀਆਂ ਵੀ ਰੇਟ ਹੁੰਦੇ ਜੀ ਆਪਣੇ ਚੈਨਲ 'ਤੇ ਆਹ ਦੱਸ ਦਿੰਦਾ ਜੀ, ਆਹ ਫਿਕਸ ਨਹੀਂ ਹੁੰਦੇ, ਜੇ ਫਿਕਸ ਹੁੰਦਾ ਤਾਂ ਮੈਂ ਰੇਟ ਦੱਸ ਦਿੰਦਾ ਹੁੰਦਾ ਜੀ ਕਿ ਰੇਟ ਫਿਕਸ ਹੈ ਜੀ, ਅਤੇ ਕੋਈ ਵੀ ਬਾਕੀ ਰੇਟ ਹੁੰਦੇ ਉਹ ਫਿਕਸ ਨਹੀਂ ਹੁੰਦੇ, ਮੌਕੇ 'ਤੇ ਉੱਤੇ ਥੱਲੇ ਹੋ ਜਾਂਦੇ ਹੁੰਦੇ ਜੀ, ਅਤੇ ਇੱਕ ਵਾਰ ਇਹਨਾਂ ਨੂੰ ਫੋਨ ਕਰਕੇ ਜ਼ਰੂਰ ਪੁੱਛ ਲਿਆ ਕਰੋ ਜੀ ਤੁਸੀਂ। ਅਲਟੋ ਐਲੈਕਸ ਦੇਖ ਰਹੇ ਹੋ ਜੀ, ਦੋ ਹਜ਼ਾਰ ਪੰਜ ਮਾਡਲ ਜੀ, ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜਿਹੜੇ ਮਾਲਕ ਵੀਰ ਦੀ ਗੱਡੀ ਹੈ, ਅਤੇ ਇਹਦੀ ਇੰਜਨ ਦੀ ਫੁੱਲ ਗਰੰਟੀ ਹੈ ਜੀ ਮਾਲਕ ਵੀਰ ਵੱਲੋਂ, ਅਤੇ ਗੱਡੀ 'ਚ ਕੋਈ ਦਿੱਕਤ ਨਹੀਂ, ਕਿਸੇ ਵੀਰ ਨੇ ਗੱਡੀ ਖਰੀਦਣੀ ਹੈ ਖਰੀਦ ਸਕਦੇ ਹੋ ਜੀ, ਅਤੇ ਦੋ ਹਜ਼ਾਰ ਪੰਜ ਮਾਡਲ ਹੈ ਜੀ, 2005 ਦੇ ਮਾਡਲ ਦੇ ਹਿਸਾਬ ਨਾਲ ਗੱਡੀ ਬਹੁਤ ਵਧੀਆ ਕੰਡੀਸ਼ਨ ਦੀ ਪਈ ਹੈ ਜੀ। ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ, ਅਲਟੋ K10 2014 ਮਾਡਲ ਹੈ, 2,65,000 ਡਿਮਾਂਡ ਹੈ ਜੀ, ਪਟਿਆਲਾ ਇਹਨਾਂ ਦਾ ਏਰੀਆ, 50% ਟਾਇਰਾਂ ਦੀ ਕੰਡੀਸ਼ਨ ਪਈ ਹੈ। ਗੱਡੀ ਦੇ ਮਾਲਕ ਵੀਰ ਦਾ ਨੰਬਰ ਹੈ ਜੀ 8977361554,
ਬਹੁਤ ਸਾਫ਼ ਗੱਡੀ ਪਈ ਹੈ ਜੀ, ਬਹੁਤ ਹੀ ਵਧੀਆ ਕੰਡੀਸ਼ਨ ਦੀ, ਬਿਲਕੁਲ ਨਵੀਂ ਵਰਗੀ ਪਈ ਹੈ। ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਖਰੀਦ ਸਕਦੇ ਹੋ। ਕਾਗਜ਼ ਪੱਤਰ ਓਕੇ ਹੈ ਜੀ, ਸਾਰੇ ਕਾਗਜ਼ ਪੱਤਰ ਪੂਰੇ ਹੈ ਅਤੇ ਗੱਡੀ 'ਚ ਕੋਈ ਕਮੀ ਨਹੀਂ ਜੀ। ਇੰਜਨ ਦੀ ਸਾਰੀ ਚੀਜ਼ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ, ਅਤੇ ਗੱਡੀ ਕਿਸੇ ਵੀਰ ਨੇ ਖਰੀਦਣੀ ਹੋਵੇ ਤੁਸੀਂ ਖਰੀਦ ਸਕਦੇ ਹੋ ਜੀ। ਇਹਨਾਂ ਨੂੰ ਫੋਨ ਕਰ ਲਿਓ ਅਤੇ ਤੁਸੀਂ ਗੱਡੀ ਜਾ ਕੇ ਦੇਖ ਕੇ ਟਰਾਈ ਲੈ ਕੇ ਦੇਖ ਸਕਦੇ ਹੋ ਅਤੇ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ। ਅਤੇ ਅੱਜ ਲਈ ਇੰਨੇ ਜੀ, ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਇਸ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਹੈ, ਅਤੇ ਹਰ ਰੋਜ਼ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਜਿੰਨੇ ਵੀ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਇੱਕ ਵਾਰੀ ਚੈੱਕ ਜ਼ਰੂਰ ਕਰ ਲਓ। ਜਿਹੜੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਜੁੜੇ ਰਹੋ ਆਪਣੇ ਚੈਨਲ ਨਾਲ ਅਤੇ ਖੁਸ਼ ਰਹੋ ਜੀ।